ਅੱਜ ਗੱਲ ਕਰਾਂਗੇ ਜੀ ਨੌਰਥ ਕੋਰੀਆ ਬਾਰੇ, ਉੱਥੋਂ ਦੇ ਲੋਕਾਂ ਬਾਰੇ ਅਤੇ ਉੱਥੋਂ ਦੀ ਸਰਕਾਰ ਬਾਰੇ। ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਉੱਥੋਂ ਦਾ ਤਾਨਾਸ਼ਾਹ ਕਿਮ ਜੋਂਗ, ਜਿਸ ਨੇ ਲੋਕਾਂ ਦੀ ਜ਼ਿੰਦਗੀ ਨਰਕ ਬਣਾ ਕੇ ਰੱਖੀ ਹੋਈ ਹੈ ਅਤੇ ਸਾਰੀਆਂ ਸੁੱਖ ਸਹੂਲਤਾਂ 'ਤੇ ਆਪਣਾ ਹੀ ਕਬਜ਼ਾ ਕਰਕੇ ਬੈਠਾ ਹੈ ਅਤੇ ਲੋਕ ਗੁਲਾਮੀ ਭਰੀ ਜ਼ਿੰਦਗੀ ਵਾਲਾ ਜੀਵਨ ਬਤੀਤ ਕਰ ਰਹੇ ਹਨ। ਇਸ ਤਰ੍ਹਾਂ ਦੀਆਂ ਹੀ ਕੁਝ ਅਜੀਬੋ ਗਰੀਬ ਗੱਲਾਂ ਇਸ ਦੇਸ਼ ਬਾਰੇ ਦੱਸਾਂਗੇ ਜੀ, ਚਲੋ ਆਓ ਜਾਣਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਦੇਸੀ ਐਂਟਰਟੇਨਰਸ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਨੌਰਥ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਨੇ ਆਪਣੇ ਹੀ ਚਾਚੇ ਨੂੰ ਨੰਗਿਆਂ ਕਰਕੇ ਭੁੱਖੇ ਕੁੱਤਿਆਂ ਅੱਗੇ ਸੁੱਟ ਦਿੱਤਾ ਸੀ ਅਤੇ ਭੁੱਖੇ ਕੁੱਤੇ ਇਸ ਨੂੰ ਸਾਰਾ ਹੀ ਖਾ ਗਏ ਸਨ। ਇਸ ਤਰ੍ਹਾਂ ਤਾਂ ਕੋਈ ਸ਼ੈਤਾਨ ਹੀ ਕਰ ਸਕਦਾ ਹੈ। ਸਾਲ 2007 ਵਿੱਚ ਸਿਰਫ ਇੱਕ ਵਿਅਕਤੀ ਨੂੰ ਇਸੇ ਲਈ ਗੋਲੀ ਮਾਰ ਦਿੱਤੀ ਗਈ ਕਿਉਂਕਿ ਉਹ ਇੰਟਰਨੈਸ਼ਨਲ ਕਾਲ ਕਰ ਰਿਹਾ ਸੀ। ਗੋਲੀ ਕਰਕੇ ਭਗਦੜ ਮੱਚ ਗਈ ਜਿਸ ਕਰਕੇ 10 ਨਜਾਇਜ਼ ਜਾਨਾਂ ਹੋਰ ਚਲੀਆਂ ਗਈਆਂ, ਪਰ ਸਰਕਾਰ ਨੂੰ ਇਸ ਦਾ ਕੋਈ ਫਰਕ ਨਹੀਂ ਪਿਆ। ਜਿੱਥੇ ਦੁਨੀਆ 2020 ਵਿੱਚ ਜੀ ਰਹੀ ਹੈ ਉੱਥੇ ਹੀ ਨੌਰਥ ਕੋਰੀਆ ਵਿੱਚ ਉਹਨਾਂ ਦੇ ਤਾਨਾਸ਼ਾਹਾਂ ਦੁਆਰਾ ਬਣਾਇਆ ਗਿਆ ਕੈਲੰਡਰ ਚੱਲਦਾ ਹੈ ਅਤੇ ਉਸ ਕੈਲੰਡਰ ਦੇ ਮੁਤਾਬਿਕ ਇੱਥੇ 109 ਸਾਲ ਚੱਲ ਰਿਹਾ ਹੈ। ਇਸ ਕੈਲੰਡਰ ਦੀ ਸ਼ੁਰੂਆਤ 1997 ਵਿੱਚ ਹੋਈ ਸੀ। ਜੇ ਕਿਸੇ ਦੇ ਘਰ ਵਿੱਚ ਬਾਈਬਲ, ਜੋ ਕਿ ਈਸਾਈਆਂ ਦਾ ਇੱਕ ਧਾਰਮਿਕ ਗ੍ਰੰਥ ਹੈ, ਪਾਇਆ ਗਿਆ ਤਾਂ ਉਸਨੂੰ ਸਜ਼ਾ ਦਿੱਤੀ ਜਾਂਦੀ ਹੈ। ਇੱਥੇ ਕੋਈ ਮਰਦ ਜਾਂ ਔਰਤ ਪੋਰਨ ਫਿਲਮਾਂ ਜਾਂ ਕੋਈ ਹੋਰ ਹਾਲੀਵੁੱਡ ਫਿਲਮਾਂ ਨਹੀਂ ਦੇਖ ਸਕਦੇ, ਨਹੀਂ ਤਾਂ ਇਹ ਅੰਜਾਮ ਭੁਗਤਾਂ ਲਈ ਤਿਆਰ ਰਹਿਣ। ਇੱਥੇ ਟੂਰਿਸਟ ਵੀ ਆਪਣਾ ਮੋਬਾਈਲ ਨਾਲ ਲੈ ਕੇ ਨਹੀਂ ਆ ਸਕਦੇ, ਉਹਨਾਂ ਨੂੰ ਮੋਬਾਈਲ ਏਅਰਪੋਰਟ 'ਤੇ ਹੀ ਜਮ੍ਹਾਂ ਕਰਾਉਣਾ ਪੈਂਦਾ ਹੈ, ਜਾਂ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਉਹਨਾਂ ਦਾ ਮੋਬਾਈਲ ਜ਼ਬਤ ਕਰ ਲਿਆ ਜਾਂਦਾ ਹੈ। ਇੱਥੇ ਤੁਸੀਂ ਗਰੀਬਾਂ ਦੀ ਫੋਟੋ ਨਹੀਂ ਲੈ ਸਕਦੇ ਕਿਉਂਕਿ ਸਰਕਾਰ ਦਾ ਮੰਨਣਾ ਹੈ ਕਿ ਗਰੀਬ ਦੇਸ਼ ਦੀ ਛਵੀ ਖਰਾਬ ਕਰਦੇ ਹਨ। ਇਸੇ ਲਈ ਕਿਸੇ ਟੂਰਿਸਟ ਵੱਲੋਂ ਫੋਟੋ ਖਿੱਚਣਾ ਅਪਰਾਧ ਮੰਨਿਆ ਜਾਂਦਾ ਹੈ। ਵੈਸੇ ਸਾਰਿਆਂ ਨੂੰ ਪਤਾ ਹੈ ਕਿ ਛਵੀ ਕਿਸ ਦੀ ਖਰਾਬ ਹੈ, ਸਰਕਾਰ ਦੀ ਜਾਂ ਗਰੀਬਾਂ ਦੀ। ਇੱਥੇ ਸਰਕਾਰ ਵੱਲੋਂ ਲੋਕਾਂ ਦੇ ਘਰਾਂ ਵਿੱਚ ਰੇਡੂਏ ਲਗਾਏ ਹੋਏ ਹਨ ਜੋ ਸਰਕਾਰ ਵੱਲੋਂ ਹੀ ਕੰਟਰੋਲ ਕੀਤੇ ਜਾਂਦੇ ਹਨ ਅਤੇ ਇਹ ਸਾਰਾ ਦਿਨ ਲੋਕਾਂ ਦੇ ਘਰਾਂ ਵਿੱਚ ਵੱਜਦੇ ਰਹਿੰਦੇ ਹਨ। ਮਤਲਬ ਲੋਕਾਂ ਨੂੰ ਸਾਰਾ ਦਿਨ ਸਰਕਾਰਾਂ ਦੀ ਬਕ ਬਕ ਸੁਣਨੀ ਪੈਂਦੀ ਹੈ। ਇੱਥੇ ਕੋਈ ਵੀ ਟੂਰਿਸਟ ਲੋਕਾਂ ਨਾਲ ਗੱਲਬਾਤ ਨਹੀਂ ਕਰ ਸਕਦਾ, ਉਸਨੂੰ ਇੱਕ ਟੂਰਿਸਟ ਗਾਈਡ ਹਾਇਰ ਕਰਨਾ ਪੈਂਦਾ ਹੈ ਜੋ ਉਸਨੂੰ ਮੱਖੀ ਵਾਂਗੂ ਚਿਪਕਿਆ ਰਹਿੰਦਾ ਹੈ। ਮਤਲਬ ਤੁਸੀਂ 2 ਨੰਬਰ ਵੀ ਨਹੀਂ ਜਾ ਸਕਦੇ। ਇੱਥੇ TV 'ਤੇ ਸਿਰਫ 3 ਚੈਨਲ ਹੀ ਚੱਲਦੇ ਹਨ, ਉਹ ਵੀ ਖਬਰਾਂ ਦੇ ਅਤੇ ਉਹ ਵੀ ਸਰਕਾਰ ਦੀਆਂ ਹੀ ਖਬਰਾਂ। ਹੋਰ ਕਿਸੇ ਵੀ ਕਿਸਮ ਦਾ ਚੈਨਲ ਚਲਾਉਣ ਦੀ ਆਗਿਆ ਨਹੀਂ ਹੈ, ਵਿਚਾਰੇ ਲੋਕ ਤਾਂ ਬਹੁਤ ਬੋਰ ਹੋ ਜਾਂਦੇ ਹੋਣੇ ਆ। ਇੱਥੇ ਕੋਈ ਵੀ ਇੰਟਰਨੈਟ ਸੇਵਾ ਨਹੀਂ ਹੈ, ਉਹਨਾਂ ਦਾ ਆਪਣਾ ਹੀ ਸਿਸਟਮ ਹੈ ਜਿਸ ਨੂੰ ਰੈੱਡ ਸਟਾਰ ਕਹਿੰਦੇ ਹਨ ਅਤੇ ਲੋਕ ਸਿਰਫ ਸਰਕਾਰੀ ਵੈਬਸਾਈਟਾਂ ਹੀ ਖੋਲ੍ਹ ਸਕਦੇ ਹਨ। ਮਤਲਬ ਇੱਥੋਂ ਦੇ ਬੇਰੁਜ਼ਗਾਰਾਂ ਦੇ ਲਈ ਟਾਈਮ ਪਾਸ ਲਈ ਵੀ ਕੁਝ ਨਹੀਂ ਹੈ। ਇੱਥੇ ਲੋਕ ਆਪਣੀ ਨਿੱਜੀ ਕਾਰ ਜਾਂ ਗੱਡੀ ਨਹੀਂ ਖਰੀਦ ਸਕਦੇ, ਸਿਰਫ ਸਰਕਾਰੀ ਅਧਿਕਾਰੀ ਜਾਂ ਮਿਲਟਰੀ ਹੀ ਆਪਣਾ ਵਾਹਨ ਲੈ ਸਕਦੇ ਹਨ। ਮਤਲਬ ਨੋ ਗੇੜੀ ਸ਼ੇੜੀ ਅਲਾਊਡ। ਇੱਥੇ ਸੜਕਾਂ 'ਤੇ ਲਾਊਡ ਸਪੀਕਰ ਲੱਗੇ ਹੋਏ ਹਨ ਅਤੇ ਜਦੋਂ ਇਹ ਵੱਜਣਾ ਸ਼ੁਰੂ ਕਰ ਦੇਣ ਤਾਂ ਸਮਝ ਲਓ ਆਫਤ ਆ ਗਈ। ਸਰਕਾਰ ਦਾ ਹੁਕਮ ਆਉਂਦਿਆਂ ਹੀ ਲੋਕਾਂ ਨੂੰ ਇਸ ਦੀ ਪਾਲਣਾ ਕਰਨੀ ਪੈਂਦੀ ਹੈ। ਇੱਥੋਂ ਦੇ ਲੋਕ ਕਿਹੜੇ ਕੱਪੜੇ ਪਾਉਣਗੇ ਇਹ ਵੀ ਸਰਕਾਰ ਹੀ ਤੈਅ ਕਰਦੀ ਹੈ। ਇੱਥੋਂ ਦੇ ਲੋਕ ਜੀਨਸ ਨਹੀਂ ਪਾ ਸਕਦੇ ਅਤੇ ਖਾਸ ਕਰ ਨੀਲੀ ਜੀਨ ਤਾਂ ਬਿਲਕੁਲ ਨਹੀਂ ਪਾ ਸਕਦੇ, ਮਤਲਬ ਬਿਲਕੁਲ ਵੀ ਨਹੀਂ। ਨੌਰਥ ਕੋਰੀਆ ਦੇ ਲੋਕ ਆਪਣਾ ਵਾਲਾਂ ਦਾ ਸਟਾਈਲ ਵੀ ਖੁਦ ਨਹੀਂ ਰੱਖ ਸਕਦੇ। ਸਰਕਾਰ ਨੇ 28 ਡਿਜ਼ਾਈਨਾਂ ਦੀ ਸੂਚੀ ਤਿਆਰ ਕੀਤੀ ਹੋਈ ਹੈ ਜਿਸ ਵਿੱਚੋਂ 18 ਡਿਜ਼ਾਈਨ ਕੁੜੀਆਂ ਲਈ ਅਤੇ 10 ਮੁੰਡਿਆਂ ਦੇ ਲਈ ਹਨ। ਇਸ ਤੋਂ ਬਿਨਾਂ ਕੋਈ ਹੋਰ ਸਟਾਈਲ ਬਣਾਇਆ ਤਾਂ ਉਹ ਉਸਦਾ ਨਵਾਂ ਸਟਾਈਲ ਬਣਾ ਦੇਣਗੇ, ਮਤਲਬ ਉਸਨੂੰ ਸਜ਼ਾ ਦੇ ਦੇਣਗੇ। ਪਰ ਖੁਦ ਕਿਮ ਜੋਂਗ ਜਿਹੜਾ ਮਰਜ਼ੀ ਸਟਾਈਲ ਬਣਾ ਸਕਦਾ ਹੈ, ਪਰ ਲੋਕ ਉਸ ਵਰਗਾ ਬਿਲਕੁਲ ਨਹੀਂ ਬਣਾ ਸਕਦੇ। ਇੱਥੇ ਸਕੂਲਾਂ ਵਿੱਚ ਬੱਚਿਆਂ ਨੂੰ ਸਿਰਫ ਉਹਨਾਂ ਦੇ ਤਾਨਾਸ਼ਾਹਾਂ ਦੀਆਂ ਬਹਾਦਰੀ ਵਾਲੀਆਂ ਕਹਾਣੀਆਂ ਸਿਖਾਈਆਂ ਜਾਂਦੀਆਂ ਹਨ। ਮਤਲਬ ਹਿਸਟਰੀ ਦੇ ਨਾਂ 'ਤੇ ਧੱਕਾ ਹੋ ਰਿਹਾ ਹੈ ਅਤੇ ਦੀਨ ਦੁਨੀਆ ਵਿੱਚ ਕੀ ਚੱਲ ਰਿਹਾ ਹੈ, ਕਿਹੜੀ ਨਵੀਂ ਖੋਜ ਹੋ ਚੁੱਕੀ ਹੈ, ਵਿਗਿਆਨੀ ਕੀ ਕਰ ਰਹੇ ਹਨ, ਇਸ ਬਾਰੇ ਉਹਨਾਂ ਨੂੰ ਕੁਝ ਨਹੀਂ ਦੱਸਿਆ ਜਾਂਦਾ। ਨੌਰਥ ਕੋਰੀਆ ਵਿੱਚ ਦੂਸਰੇ ਦੇਸ਼ਾਂ ਵਾਂਗੂ ਹਰ 5 ਸਾਲ ਬਾਅਦ ਚੁਣਾਵ ਵੀ ਹੁੰਦੇ ਹਨ, ਪਰ ਇੱਥੇ ਇੱਕੋ ਕੈਂਡੀਡੇਟ ਚੁਣਾਵ ਵਿੱਚ ਖੜਾ ਹੁੰਦਾ ਹੈ ਅਤੇ ਉਹ ਜਿੱਤਦਾ ਵੀ ਹੈ ਅਤੇ ਉਹ ਹੈ ਇੱਥੋਂ ਦਾ ਤਾਨਾਸ਼ਾਹ। ਜੇ ਇਸ ਤਰ੍ਹਾਂ ਦੇ ਚੁਣਾਵ ਹੀ ਕਰਾਉਣੇ ਹਨ ਫਿਰ ਕੀ ਫਾਇਦਾ ਇਹੋ ਜਿਹੇ ਚੁਣਾਵਾਂ ਦਾ। ਇੱਥੇ ਸਜ਼ਾ 3 ਪੀੜ੍ਹੀਆਂ ਤੱਕ ਦਿੱਤੀ ਜਾ ਸਕਦੀ ਹੈ। ਜੇ ਕੋਈ ਵਿਅਕਤੀ ਗਲਤੀ ਕਰਦਾ ਹੈ ਤਾਂ ਨਜਾਇਜ਼ ਹੀ ਉਸਦੀਆਂ 2 ਪੀੜ੍ਹੀਆਂ ਨੂੰ ਉਸਦਾ ਖਮਿਆਜ਼ਾ ਭੁਗਤਣਾ ਪਵੇਗਾ। ਨੌਰਥ ਕੋਰੀਆ ਦੀ ਰਾਜਧਾਨੀ ਵਿੱਚ ਸਿਰਫ ਅਮੀਰ ਜਾਂ VIP ਲੋਕ ਹੀ ਰਹਿ ਸਕਦੇ ਹਨ। ਇੱਥੇ ਗਰੀਬਾਂ ਲਈ ਕੋਈ ਜਗ੍ਹਾ ਨਹੀਂ ਹੈ, ਬਲਕਿ ਸਜ਼ਾ ਹੈ ਜੇ ਕੋਈ ਇੱਥੇ ਰਹਿਣ ਆ ਗਿਆ। ਜੇਕਰ ਕੋਈ ਇੱਥੋਂ ਭੱਜ ਕੇ ਦੂਸਰੇ ਦੇਸ਼ ਦੀ ਸ਼ਰਨ ਵਿੱਚ ਜਾਂਦਾ ਹੈ ਤਾਂ ਉਸਨੂੰ ਦੇਸ਼ਧਰੋਹੀ ਕਰਾਰ ਦੇ ਦਿੱਤਾ ਜਾਂਦਾ ਹੈ। ਹਾਲਾਂਕਿ ਕਈ ਸਾਰੇ ਲੋਕ ਇਸ ਦੀ ਕੈਦ ਵਿੱਚੋਂ ਭੱਜ ਨਿਕਲੇ ਹਨ। ਇਸੇ ਤਰ੍ਹਾਂ ਭੱਜੀ ਇੱਕ ਕੁੜੀ ਦੀ ਕਹਾਣੀ ਤੁਹਾਨੂੰ ਅਗਲੀ ਵੀਡੀਓ ਵਿੱਚ ਜ਼ਰੂਰ ਦੱਸਾਂਗੇ, ਉਸ ਨਾਲ ਕੀ ਬੀਤੀ ਜਦੋਂ ਉਸਨੇ ਦੇਸ਼ ਛੱਡਿਆ ਸੀ। ਤਾਂ ਇਹ ਸੀ ਸਾਡੀ ਨੌਰਥ ਕੋਰੀਆ 'ਤੇ ਆਧਾਰਿਤ ਅੱਜ ਦੀ ਵੀਡੀਓ। ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ। ਇਸੇ ਤਰ੍ਹਾਂ ਦੀਆਂ ਹੋਰ ਵੀ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਕਰ ਦਿਓ ਲਾਈਕ, ਸ਼ੇਅਰ, ਸਬਸਕ੍ਰਾਈਬ। ਮਿਹਰਬਾਨੀ, ਥੈਂਕ ਯੂ, ਸ਼ੁਕਰੀਆ।